ਸਤਿ ਸ਼੍ਰੀ ਅਕਾਲ ਜੀ ਦੋਸਤੋ ਦੋਸਤੋ ਰੋਜ਼ਾਨਾ ਪੋਸਟਾਂ ਦੀ ਜਾਣਕਾਰੀ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਫੇਸਬੁੱਕ ਪੇਜ ਨੂੰ ਕੀ ਆ ਸਬਸਕ੍ਰਾਈਬ ਕਰ ਸਕਦੇ ਹੋਗੇ ਅਤੇ ਫੋਲੋ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਹਰ ਕਿਹੜੀ ਪੋਸਟਾਂ ਦੀ ਜਾਣਕਾਰੀ ਤੁਹਾਡੇ ਤੱਕ ਮਿਲਦੀ ਰਹੇ। ਠੀਕ ਹੈ ਜੀ ਦੋਸਤੋ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ। ਅਤੇ ਜੋ ਤੁਹਾਡੇ ਲਈ ਹੁਣ ਪੋਸਟ ਲੈ ਕੇ ਆਏ ਹਾਂ ਜੀ ਦੋਸਤੋ, ਇਹ ਹੈਗੀ ਆ ਸਿੱਧੀ ਇੰਟਰਵਿਊ ਦੇ ਭਰਤੀ, ਯਾਨੀ ਕਿ ਇਹਦੇ ਵਿੱਚ ਕੋਈ ਇਗਜ਼ਾਮ ਨਹੀਂ ਹੋਣਾ ਜੀ, ਤੁਹਾਡੀ ਸਿੱਧੀ ਇੰਟਰਵਿਊ ਦੇ ਭਰਤੀ ਹੋ ਜਾਣੀ ਆ। ਇਹ ਜਿਹੜੀ ਭਰਤੀ ਹੈ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਮਾਨਸਾ ਵੱਲੋਂ ਹੈਗੀ ਹੈ ਜੀ। ਅਤੇ ਜੇ ਗੱਲ ਕਰੀਏ ਪੋਸਟ ਕਾਹਦੀ ਹੈ, ਗਰੁੱਪ ਲੋਨ ਅਫਸਰ ਦੀ ਪੋਸਟ ਆ, ਜੋ ਕਿ ਗਰੁੱਪ ਲੋਨ ਕਰਦੇ ਨੇ, ਲੀਡਸ ਦਾ ਗਰੁੱਪ ਲੋਨ ਕਰਦੇ ਨੇ ਜੀ ਪਿੰਡਾਂ ਦੇ ਵਿੱਚ, ਉਹਨਾਂ ਦੀ ਇਹ ਭਰਤੀ ਹੈ ਜੀ। ਠੀਕ ਹੈ ਜੀ, ਇਹ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਮਾਨਸਾ ਵਿਖੇ ਜੀ। ਠੀਕ ਹੈ, ਇਹ ਭਰਤੀ ਹੈਗੀ ਮਿਤੀ 25 ਨੂੰ, ਯਾਨੀ ਕਿ 25 ਜੋ ਹੁਣ ਆ ਰਹੀ ਹੈ ਪਰਸੋਂ ਦੋਸਤੋ, ਉਸ ਦਿਨ ਤੁਹਾਡੀ ਇੰਟਰਵਿਊ ਹੋਣੀ ਹੈਗੀ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਮਾਨਸਾ। ਜਿਹੜੀ ਇਹ ਕੰਪਨੀ ਇੱਥੇ ਆ ਰਹੀ ਹੈ, ਕੰਪਨੀ ਤੁਹਾਨੂੰ ਮੈਂ ਦੱਸ ਦੇਵਾਂ, RBL ਫਾਈਨੈਂਸ, ਯਾਨੀ ਕਿ RBL ਜੋ ਕਹਿ ਦਈਏ ਬੈਂਕ ਆ ਜੀ, ਉਹਨਾਂ ਵੱਲੋਂ ਕੀ ਹੈ ਇੱਕ ਗਰੁੱਪ ਲੋਨ ਅਫਸਰ ਜਿਹੜੇ ਨੇ ਵਿਅਕਤੀ ਚਾਹੀਦੇ ਨੇ, ਯਾਨੀ ਕਿ ਵਿਦਿਆਰਥੀ ਚਾਹੀਦੇ ਨੇ, ਸਟੂਡੈਂਟ ਕਹਿ ਦਈਏ ਉਹ ਚਾਹੀਦੇ, ਜਿਹੜੇ ਕੀ ਆ ਇਹਨਾਂ ਨੇ ਰੱਖਣੇ ਨੇ। ਗੱਲ ਕਰੀਏ ਇਹਨਾਂ ਵਾਸਤੇ ਜੋ ਪਲੱਸ ਟੂ ਪਾਸ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਲੜਕਿਆਂ ਦੀ ਜ਼ਰੂਰਤ ਹੈ। ਠੀਕ ਹੈ, ਲੜਕੇ ਅਤੇ ਲੜਕੀਆਂ ਦੋਨੇ ਹੀ 'ਚ ਅਪਲਾਈ ਕਰ ਸਕਦੇ ਨੇ। ਅਤੇ ਨਾਲ ਹੀ ਤੁਹਾਨੂੰ ਦੱਸ ਦੇਵਾਂ, ਉਮਰ ਆ ਜਿਹੜੀ 19 ਤੋਂ ਲੈ ਕੇ 29 ਸਾਲ ਦੇ ਤੁਹਾਡੀ ਹੋਣੀ ਚਾਹੀਦੀ ਹੈਗੀ। ਅਤੇ ਇਸ ਦੇ ਲਈ ਡਾਕੂਮੈਂਟ ਤੁਸੀਂ ਆਪਣਾ ਰਿਜ਼ੂਮ ਤਿਆਰ ਕਰਾ ਲਓ ਜੀ ਕਿਸੇ ਵੀ ਇੰਟਰਨੈਟ ਕੈਫੇ ਤੋਂ। ਜੇਕਰ ਤੁਸੀਂ ਬੋਹਾ ਦੇ ਵਿੱਚ ਹੋਗੇ, ਠੀਕ ਆ ਜੀ, ਤਾਂ ਤੁਸੀਂ ਸੇਫ ਇੰਟਰਨੈਟ ਕੈਫੇ 'ਤੇ ਆ ਕੇ ਆਪਣਾ ਰਿਜ਼ੂਮ ਬਣਵਾ ਸਕਦੇ ਹੋਗੇ। ਠੀਕ ਆ ਜੀ, ਜੋ ਇੰਟਰਵਿਊ ਦਾ ਸਥਾਨ ਆ ਜੀ ਉਹ ਹੈਗਾ ਗਾ ਮਾਨਸਾ ਕਚਹਿਰੀਆਂ 'ਤੇ ਜਾਓਗੇ ਤੁਸੀਂ, ਉੱਥੇ ਰੁਜ਼ਗਾਰ ਦਫ਼ਤਰ ਆ ਜੀ ਉਸਦੇ, ਯਾਨੀ ਕਿ ਸੁਵਿਧਾ ਕੇਂਦਰ ਦੇ ਉੱਪਰ ਬਿਲਡਿੰਗ ਦੇ। ਠੀਕ ਆ ਜੀ, ਟੋਟਲ ਅਸਾਮੀਆਂ 50 ਨੇ ਦੋਸਤੋ। ਤਨਖਾਹ ਦੀ ਗੱਲ ਕਰੀਏ ਤੁਹਾਨੂੰ ਸਟਾਰਟਿੰਗ ਜਿਹੜੀ ਆਪਾਂ ਕਹਿ ਦਈਏ, ਇਹਨਾਂ ਨੇ 15,000 ਰੁਪਏ ਰੱਖਿਆ ਦੋਸਤੋ, ਤਨਖਾਹ ਵੀ ਵਧੀਆ ਹੈਗੀ। ਠੀਕ ਆ ਜੀ, ਬਾਕੀ ਮੋਬਾਈਲ ਨੰਬਰ ਮੈਂ ਨੀਚੇ ਪਾ ਦੂੰ ਡਿਸਕ੍ਰਿਪਸ਼ਨ 'ਚ, ਤੁਸੀਂ ਚੈੱਕ ਕਰ ਸਕਦੇ ਹੋ ਜਾਂ sarkaripost.com ਤੇ ਪ੍ਰਾਈਵੇਟ ਜੋਬ 'ਤੇ ਦੇਖ ਕੇ ਦੇਖ ਸਕਦੇ ਹੋ। ਤਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।